ਸੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਦਾ ਗ੍ਰੇਟ ਅੰਮ੍ਰਿਤਸਰ ਦੇਖਣ ਵਾਲਿਆਂ ਨੂੰ ਅਤੇ ਅੱਜ ਸਾਡੇ ਲਈ ਬੜਾ ਵੱਡਾ ਦਿਨ ਹੈ ਜੀ ਅੱਜ ਸਾਡੀ ਦਾ ਗ੍ਰੇਟ ਅੰਮ੍ਰਿਤਸਰ ਦੀ ਟੀਮ ਜਿਹੜੀ ਹੈ ਉਹ ਜਾ ਰਹੀ ਹੈ ਕਰਤਾਰਪੁਰ ਸਾਹਿਬ ਦਰਸ਼ਨ ਕਰਨ ਨੂੰ ਅਤੇ ਅਸੀਂ ਇਸ ਵੇਲੇ ਖੜ੍ਹੇ ਹਾਂ ਸ਼੍ਰੀ ਕਰਤਾਰਪੁਰ ਸਾਹਿਬ ਦਾ ਜਿਹੜਾ ਇੰਡੀਆ ਵਾਲੇ ਪਾਸੇ ਜਿਹੜਾ ਟਰਮੀਨਲ ਹੈ ਉੱਥੇ ਖੜ੍ਹੇ ਹਾਂ ਬਹੁਤ ਹੀ ਖੂਬਸੂਰਤ ਇਹ ਸਾਹਮਣੇ ਜਿਹੜਾ ਤੁਸੀਂ ਦੇਖ ਰਹੇ ਹੋ ਟਰਮੀਨਲ ਜਿਹੜਾ ਹੈ ਸ਼੍ਰੀ ਕਰਤਾਰਪੁਰ ਸਾਹਿਬ ਦਾ ਜਿਹੜਾ ਟਰਮੀਨਲ ਹੈ ਡੇਰਾ ਬਾਬਾ ਨਾਨਕ ਕਰਤਾਰਪੁਰ ਕੋਰੀਡੋਰ ਅਸੀਂ ਤੁਹਾਨੂੰ ਨੇੜੇ ਵੀ ਦਿਖਾਉਂਦੇ ਹਾਂ ਇੱਕ ਓਂਕਾਰ ਬਹੁਤ ਵੱਡਾ ਇੱਕ ਓਂਕਾਰ ਕਮ ਸੇ ਕਮ 15-20 ਫੁੱਟ ਦਾ ਇੱਥੇ ਇੱਕ ਓਂਕਾਰ ਇੱਥੇ ਲੱਗਾ ਬਾਹਰ ਸਾਹਮਣੇ ਫੁੱਲ ਲੱਗੇ ਨੇ ਬੜਾ ਕੰਮ ਚੱਲ ਰਿਹਾ ਇੱਥੇ ਆਓ ਤੁਹਾਨੂੰ ਬਾਕੀ ਵੀ ਦਿਖਾਉਂਦੇ ਹਾਂ ਇੱਥੋਂ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਜਿੱਥੋਂ ਦੂਰਬੀਨ ਦੇ ਨਾਲ ਦੇਖਿਆ ਜਾ ਸਕਦਾ ਇਹ ਸਾਹਮਣੇ ਉਹ ਜਗ੍ਹਾ ਲੇਕਿਨ ਇਹ ਉਹ ਟਰਮੀਨਲ ਹੈ ਇੱਥੋਂ ਅਸੀਂ ਹੁਣ ਆਪਣੇ ਥੋੜ੍ਹੀ ਦੇਰ ਦੇ ਵਿੱਚ ਕਾਗਜ਼ ਆਪਣੇ ਜਿਹੜੇ ਕਾਗਜ਼ ਪਾਸਪੋਰਟ ਜਿਹੜਾ ਦਿਖਾਵਾਂਗੇ ਔਰ ਅੰਦਰ ਜਾਵਾਂਗੇ ਸਾਹਮਣੇ ਐਂਟਰੀ ਵਾਲਾ ਪੁਆਇੰਟ ਹੈ ਅਤੇ ਉੱਧਰ ਐਗਜ਼ਿਟ ਵਾਲਾ ਪੁਆਇੰਟ ਹੈ ਅਸੀਂ ਤੁਹਾਨੂੰ ਇੱਥੇ ਆਲਾ ਦੁਆਲਾ ਵੀ ਦਿਖਾਉਂਦੇ ਹਾਂ ਬਹੁਤ ਵੱਡੀ ਪੱਧਰ ਦੇ ਇੱਥੇ ਕੰਮ ਚੱਲ ਰਹੇ ਨੇ ਆਹ ਤੁਸੀਂ ਦੇਖੋ ਸੋ ਇੱਥੇ ਸੰਗਤ ਵੀ ਬੜੀ ਵੱਡੀ ਗਿਣਤੀ ਵਿੱਚ ਪਹੁੰਚ ਰਹੀ ਹੈ ਦਰਸ਼ਨ ਕਰਨ ਵਾਸਤੇ ਕਿਉਂਕਿ ਜਿਸ ਤਰ੍ਹਾਂ ਲੋਕਾਂ ਨੂੰ ਪਤਾ ਲੱਗ ਰਿਹਾ ਬਹੁਤ ਵੱਡੇ ਪੱਧਰ ਦੇ ਇੱਥੇ ਕੰਮ ਚੱਲ ਰਹੇ ਨੇ ਆਹ ਸ਼ੇਅਰ ਕਰ ਦਿਓ ਚੱਲਦਿਆਂ ਸੋ ਇਹ ਕਰਤਾਰਪੁਰ ਸਾਹਿਬ ਜਿਹੜਾ ਡੇਰਾ ਬਾਬਾ ਨਾਨਕ ਆਹ ਤੁਹਾਨੂੰ ਦਿਖਾਉਂਦੇ ਹਾਂ ਸਾਹਮਣੇ ਲਿਖਿਆ ਡੇਰਾ ਬਾਬਾ ਨਾਨਕ ਕਰਤਾਰਪੁਰ ਕੋਰੀਡੋਰ ਸੋ ਇਹ ਟਰਮੀਨਲ ਹੈ ਜੀ ਸੇਮ ਏਅਰਪੋਰਟ ਵਾਂਗ ਇਹ ਟਰਮੀਨਲ ਬਣਾਇਆ ਤੁਸੀਂ ਲੁੱਕ ਦੇਖ ਸਕਦੇ ਹੋ ਬਹੁਤ ਹੀ ਜ਼ਬਰਦਸਤ ਲੁੱਕ ਹੈ ਤਾਰੀਫ ਕਰਨੀ ਬਣਦੀ ਹੈ ਭਾਰਤ ਸਰਕਾਰ ਦੀ ਜਿਨ੍ਹਾਂ ਨੇ ਇੰਨਾ ਵਧੀਆ ਇੱਥੇ ਅਰੇਂਜਮੈਂਟ ਕੀਤਾ ਅਤੇ ਬੜੇ ਵੱਡੇ ਪੱਧਰ 'ਤੇ ਇੱਥੇ ਅਜੇ ਵੀ ਚੱਲ ਰਹੇ ਨੇ ਅਜੇ ਸੁਣਨ ਵਿੱਚ ਆਇਆ ਵੀ ਇੱਕ ਫੇਸ ਸਿਰਫ ਇੱਥੇ ਖਤਮ ਹੋਇਆ ਬਾਕੀ ਦੇ 7 ਫੇਸ ਜਿਹੜੇ ਨੇ ਅਜੇ ਹੋਰ ਟੋਟਲ 7 ਫੇਸ ਨੇ ਆਹ ਤੁਸੀਂ ਦੇਖੋ ਸਾਹਮਣੇ ਅਤੇ ਬੜੇ ਬੜੇ ਵੱਡੇ ਟਰਮੀਨਲ ਸ਼ੈੱਡ ਜਿਹੜੇ ਨੇ ਹੋਰ ਬਣਾਏ ਜਾ ਰਹੇ ਨੇ ਸਾਹਮਣੇ ਪਾਰਕਿੰਗ ਹੈ ਜਿੱਥੇ ਕਾਰਾਂ ਲੱਗਦੀਆਂ ਜਿੱਥੋਂ ਤੁਸੀਂ ਅੰਦਰ ਆਉਂਦੇ ਹੋ ਅਤੇ ਬਾਹਰ ਜਿਹੜੀ ਰੋਡ ਹੈ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਜੇਕਰ ਤੁਸੀਂ ਸਿਰਫ ਉੱਥੋਂ ਦੂਰਬੀਨ ਤੋਂ ਦੇਖ ਕੇ ਜਾਣੇ ਦਰਸ਼ਨ ਕਰਕੇ ਜਾਣੇ ਆ ਅਤੇ ਆਹ ਸਾਹਮਣੇ ਜਿਹੜਾ ਇਹ ਚੀਜ਼ ਹੈ ਇੱਥੇ ਤੁਸੀਂ ਪੈਦਲ ਜਾ ਸਕਦੇ ਹੋ ਬਾਹਰ ਰੋਡਸ ਨੇ ਜਿਹੜੀਆਂ ਉਹ ਅਲੱਗ ਕਰ ਦਿੰਦੇ ਨੇ ਜਿਨ੍ਹਾਂ ਨੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾਣੇ ਆ ਉਹ ਇਹ ਰਸਤੇ ਥਾਣੀ ਅੰਦਰ ਆ ਜਾਂਦੇ ਨੇ ਅਤੇ ਜਿਨ੍ਹਾਂ ਨੇ ਦੂਰਬੀਨ ਥਾਣੀ ਦਰਸ਼ਨ ਕਰਨ ਜਾਣੇ ਨੇ ਉਹ ਸਾਹਮਣੇ ਜਿਹੜਾ ਤੁਸੀਂ ਦੇਖ ਰਹੇ ਹੋ ਗੇਟ ਉੱਧਰ ਨੂੰ ਸੰਗਤ ਜਿਹੜੀ ਚਲੀ ਜਾਂਦੀ ਹੈ ਉੱਥੋਂ ਦੂਰਬੀਨ ਥਾਣੀ ਦੇਖਦੀ ਹੈ ਅਤੇ ਇਸ ਲਈ ਅਸੀਂ ਇਹ ਦੇਖੋ ਖੜ੍ਹੇ ਹਾਂ ਟਰਮੀਨਲ 'ਤੇ ਬੜੀ ਸੰਗਤ ਆ ਰਹੀ ਹੈ ਜਿਨ੍ਹਾਂ ਜਿਨ੍ਹਾਂ ਨੂੰ ਪਤਾ ਹੈ ਜੋ ਜੋ ਅਪਲਾਈ ਕਰਕੇ ਅਤੇ ਇਹਦਾ ਤਰੀਕਾ ਅਸੀਂ ਪਹਿਲਾਂ ਵੀ ਦੱਸ ਚੁੱਕੇ ਹਾਂ ਕਿ ਔਨਲਾਈਨ ਅਪਲਾਈ ਕਰੋ ਅਤੇ ਸਾਡੇ ਨਾਲ ਕੋਈ ਸੰਗਤ ਵੀ ਆ ਅਸੀਂ ਪੁੱਛਦੇ ਹਾਂ ਉਹਨਾਂ ਨੂੰ ਹਾਂਜੀ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਮੈਨੂੰ ਬਹੁਤ ਖੁਸ਼ੀ ਹੋਈ ਹੈ ਮੈਂ ਆਪਣੀ ਜ਼ਿੰਦਗੀ 'ਚ ਪਹਿਲੀ ਦਫ਼ਾ ਮਤਲਬ ਦੇਖ ਰਿਹਾ ਪਹਿਲੀ ਦਫ਼ਾ ਜਾ ਰਿਹਾ ਪਾਕਿਸਤਾਨ ਬਹੁਤ ਖੁਸ਼ੀ ਹੈ ਕੋਈ ਬਿਆਨ ਨਹੀਂ ਕਰ ਸਕਦਾ ਕੋਈ ਮੁਸ਼ਕਿਲ ਮੈਨੂੰ ਕੋਈ ਕੋਈ ਨਾ ਚੁੱਪਦੇ ਛੋਟੀ ਜਿਹੀ ਰਕਮ ਹੈ ਬਾਬਾ ਜੀ ਵਾਸਤੇ ਤੇ ਜਾਨ ਵੀ ਦੇ ਸਕਦੇ ਤੇ ਤੁਸੀਂ ਇਕੱਲੇ ਹੀ ਆਏ ਹੋ ਇਕੱਲੇ ਆ ਤੇ ਉਦੋਂ ਤੁਸੀਂ ਆਰਮੀ ਤੋਂ ਰਿਟਾਇਰ ਆਰਮੀ ਸੰਗਤ ਤੁਸੀਂ ਇਸ ਤਰ੍ਹਾਂ ਹੀ ਆਪਾਂ ਇੱਥੇ ਗੱਲਬਾਤ ਕੀਤੀ ਹੈ ਸੰਗਤ ਦੇ ਨਾਲ ਅਤੇ ਬੜੇ ਖੁਸ਼ ਨੇ ਚੌਧਰੀ ਅਮੀਰ ਚੌਧਰੀ ਜੀ ਥੈਂਕ ਯੂ ਧੰਨਵਾਦ ਲੇਕਿਨ ਉੱਧਰ ਪਤਾ ਨਹੀਂ ਨੈੱਟ ਚੱਲੇਗਾ ਨਹੀਂ ਚੱਲੇਗਾ ਸਾਡੇ ਨਾਲ ਇੱਥੇ ਹੋਰ ਵੀ ਮੌਜੂਦ ਨੇ ਅਤੇ ਮਾਤਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਤੇ ਤੁਸੀਂ ਦਰਸ਼ਨ ਕਰਨ ਚੱਲੇ ਹੋ ਕਰਤਾਰਪੁਰ ਸਾਹਿਬ ਹਾਂਜੀ ਬੜੀ ਬਾਬੇ ਨਾਨਕ ਦੀ ਕਿਰਪਾ ਆਈ ਹੈ ਸੁਣੀ ਰਹੀ ਸੀ ਅਤੇ ਪਰ ਅੱਜ ਹਾਲੇ ਵੀ ਜਿੰਨੇ ਤੱਕ ਮੈਂ ਜਾ ਨਹੀਂ ਰਹੀ ਮੇਰੇ ਇਹ ਕਲੇਜੇ ਨੂੰ ਕੁਝ ਹੋ ਰਿਹਾ ਵੀ ਮੈਂ ਦਰਸ਼ਨ ਕਰਨ ਜਾਵਾਂ ਹੋਰ ਫੋਟੋਆਂ ਫਾਟਾਂ ਮੈਂ ਕਹਿ ਰਹੀ ਹਾਂ ਬਾਅਦ 'ਚ ਖਿੱਚੋ ਪਹਿਲੇ ਅੰਦਰ ਲੈ ਜਾਓ ਇਸ ਲਈ ਮੈਨੂੰ ਲੋਕ ਕਹਿੰਦੇ 72 ਸਾਲ ਦੀਆਂ ਅਰਦਾਸਾਂ ਸਾਡੀ ਉਮਰ 64 ਸਾਲ ਹੈ ਅਤੇ ਫਿਰ ਵੀ 10 ਸਾਲ ਤੋਂ ਬਾਅਦ ਆਪਾਂ ਵੀ ਅਰਦਾਸਾਂ ਕਰਨੇ ਡੇ ਆ ਨਾ 55 ਸਾਲ ਦੇ ਸਾਨੂੰ ਵੀ ਹੋ ਗਏ ਅਰਦਾਸਾਂ ਕਰਦੇ ਹਾਂ ਅਤੇ ਸ਼ੁਕਰ ਹੈ ਬਾਬੇ ਨਾਨਕ ਦਾ ਸਭ ਨੂੰ ਇਹ ਖੁਸ਼ੀਆਂ ਦੇਵੇ ਦਰਸ਼ਨ ਦਾਰੇ ਬਖਸ਼ੇ ਅਤੇ ਆਪਣੇ ਚਰਨਾਂ ਨਾਲ ਜੋੜੇ ਲੱਖ ਲੱਖ ਸ਼ੁਕਰ ਹੈ ਜਿਨ੍ਹਾਂ ਨੇ ਖੋਲ੍ਹਿਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਅਤੇ ਬਾਬੇ ਨਾਨਕ ਨੇ ਉਹਨਾਂ 'ਤੇ ਕਿਰਪਾ ਕੀਤੀ ਹੈ ਉੱਦਮ ਕੀਤਾ
ਅਤੇ ਇਸ ਲਈ ਅਸੀਂ ਲੱਖ ਲੱਖ ਸ਼ੁਕਰ ਕਰਦੇ ਹਾਂ ਬਾਬੇ ਦਾ, ਸਾਨੂੰ ਦਰਸ਼ਨ ਦਾਰੇ ਬਖਸ਼ੇਗਾ ਬਾਬਾ, ਅਤੇ ਸਾਡਾ ਐਂ ਰੋਮ ਰੋਮ ਖੁਸ਼ੀ ਨਾਲ ਝੂਮਦਾ ਪਿਆ। ਹੋਰ ਸਤਿ ਸ਼੍ਰੀ ਅਕਾਲ। ਕੋਈ ਮੁਸ਼ਕਲ ਨਹੀਂ, ਮਹਿੰਗਾ ਕੀ ਜੀ, $20 ਕੀ, ਇੱਕ ਵਾਰੀ ਖਾਣਾ ਖਾਣ ਖਾਓ ਤਾਂ ਤੁਹਾਡੇ 1500 ਰੁਪਈਆ ਲੱਗ ਜਾਂਦਾ ਹੋਟਲ 'ਚ, ਅਤੇ ਤੁਸੀਂ ਇਹ ਜਿਹੜੀ ਇੰਨੀ ਵਧੀਆ ਦਰਸ਼ਨ ਕਰਨ ਜਾ ਰਹੇ ਹੋ ਆਪਣੇ ਬਾਬੇ ਨਾਨਕ ਦੀ ਧਰਤੀ 'ਤੇ, ਜਿੱਥੇ ਉਹਨਾਂ ਨੇ ਖੇਤੀ ਕੀਤੀ, ਕਿਰਤ ਕਮਾਈ ਕੀਤੀ, ਉਪਦੇਸ਼ ਦਿੱਤਾ ਸੰਗਤਾਂ ਨੂੰ, ਇਹ ਕੀ ਮਹਿੰਗਾ। ਤੁਸੀਂ ਕਿਹੜੇ ਵੀ ਥਾਂ 'ਤੇ ਚਲੇ ਜਾਓ, ਹੇਮਕੁੰਡ ਸਾਹਿਬ ਜਾਓ, ਅਨੰਦਪੁਰ ਸਾਹਿਬ ਜਾਓ, ਕਿਤੇ ਵੀ ਸ਼ਹਿਰ ਤੋਂ ਥੋੜ੍ਹਾ ਬਾਹਰ ਚਲ ਜਾਓ, ਇਹ ਕੋਈ ਰਕਮ ਕੋਈ ਨਹੀਂ, 1500-1600 ਰੁਪਈਆ ਕੀ ਰਕਮ ਹੈ, ਕੋਈ ਰਕਮ ਨਹੀਂ। ਮੈਂ ਕਹਿੰਦੀ ਦੇਖਣ ਦਾ ਹੀ ਨਹੀਂ ਕੋਈ ਮੁੱਲ, ਅਤੇ ਦਰਸ਼ਨ ਦਾਰੇ 'ਤੇ ਉਹਦਾ ਕੋਈ ਮੁੱਲ ਦੇ ਹੀ ਨਹੀਂ ਸਕਦਾ। ਇਸ ਲਈ ਇਹ ਸੋਚਣਾ ਜਿਹੜਾ ਨਾ ਬੜੀ ਨੀਵੀਂ ਸੋਚ ਹੈ, ਉੱਚੀ ਸੋਚ ਰੱਖਣੀ ਚਾਹੀਦੀ ਖਾਲਸੇ ਨੂੰ, ਅਤੇ ਖਾਲਸਾ ਹਮੇਸ਼ਾ ਚੜ੍ਹਦੀ ਕਲਾ 'ਚ ਰਹੇਗਾ। ਹੋਰ ਜੀ ਵਾਹਿਗੁਰੂ ਜੀ, ਸਤਿ ਸ਼੍ਰੀ ਅਕਾਲ। ਸੋ ਇਸ ਤਰ੍ਹਾਂ ਸੰਗਤ ਜਿਹੜੀ ਇੱਥੇ ਆਈ ਹੋਈ ਹੈ, ਬੜੀ ਉਤਸ਼ਾਹ ਹੈ ਸੰਗਤ ਦੇ ਵਿੱਚ, ਅਤੇ ਸਾਡੇ ਨਾਲ ਇੱਕ ਹੋਰ ਵੀ ਭਾਈ ਸਾਹਿਬ ਨੇ, ਉਹਨਾਂ ਨਾਲ ਗੱਲ ਕਰਦੇ ਹਾਂ। ਹਾਂਜੀ ਭਾਈ ਸਾਹਿਬ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ ਜੀ। ਹਾਂਜੀ ਭਾਈ ਸਾਹਿਬ ਜੀ, ਪਹਿਲੀ ਵਾਰ ਚੱਲੇ ਤੁਸੀਂ? ਬਿਲਕੁਲ ਜੀ, ਪਹਿਲੀ ਵਾਰ ਚੱਲੇ ਬਾਬੇ ਨਾਨਕ ਦੀ ਧਰਤੀ 'ਤੇ ਚੱਲੇ, ਪਹਿਲੀ ਵਾਰ ਪਾਕਿਸਤਾਨ, ਪਹਿਲੀ ਵਾਰ ਜਾ ਰਹੇ? ਬਿਲਕੁਲ ਜੀ, ਬਿਲਕੁਲ ਬਿਲਕੁਲ। ਕਿੱਦਾਂ ਕਮਾਂਡ ਚਾਹ ਹੈ? ਚਾਹ ਬਹੁਤ ਹੈ ਜੀ, ਬਿਲਕੁਲ ਪੂਰਾ ਪੂਰਾ ਚਾਹ ਹੈ ਕਿ ਚਲੋ ਨਵੀਂ ਜਗ੍ਹਾ ਦੇਖਣ ਨੂੰ ਮਿਲ ਰਹੀ ਹੈ, ਦਰਸ਼ਨ ਦੀਦਾਰੇ ਹੁਣ ਨੂੰ ਮਿਲ ਰਹੇ ਨੇ, ਇਸ ਕਰਕੇ ਅਸੀਂ ਚੱਲੇ ਹਾਂ। ਬਹੁਤ ਪੁਰਾਣਾ ਮਨ ਸੀਗਾ ਕਿ ਚਲੋ ਪਾਕਿਸਤਾਨ ਦੀ ਧਰਤੀ 'ਤੇ ਜਾ ਕੇ ਕਿ ਦਰਸ਼ਨ ਕਰੀਏ ਬਾਬੇ ਨਾਨਕ ਦੀ ਧਰਤੀ 'ਤੇ ਜਾ ਕੇ, ਇਹ ਕਹਿ ਲਓ ਕਿ ਪੁਰਾਣੀ ਰੀਝ ਪੂਰੀ ਹੋਈ ਹੈ। ਮਹਾਰਾਜ ਨੇ ਕਿਰਪਾ ਕੀਤੀ, ਬਾਬੇ ਨਾਨਕ ਜੀ ਨੇ ਕਿਰਪਾ ਕੀਤੀ ਹੈ, ਇਹ ਸਾਰਿਆਂ 'ਤੇ, ਸਾਰੇ ਸਿੱਖ ਕਮਿਊਨਿਟੀ ਦੇ 'ਤੇ ਬਹੁਤ ਵੱਡੀ ਕਿਰਪਾ। ਰਸਤੇ ਤੁਸੀਂ ਆਏ ਹੋ ਕਿੱਦਾਂ ਦੀਆਂ ਰੋਡਸ, ਸਭ ਕੁਝ ਬਹੁਤ ਵਧੀਆ ਇਨਫਰਾਸਟ੍ਰਕਚਰ ਹੈ, ਰੋਡ ਬਹੁਤ ਸੋਹਣਾ ਅਰੇਂਜਮੈਂਟ ਬਣਾਇਆ ਜੀ ਇਹਨਾਂ ਨੇ, ਬਹੁਤ ਹੀ ਹੈ। ਅਤੇ ਆਪਾਂ ਇਸ ਵੇਲੇ ਟਰਮੀਨਲ ਦੇ ਬਿਲਕੁਲ ਐਂਟਰੈਂਸ ਗੇਟ 'ਤੇ ਪਹੁੰਚ ਚੁੱਕੇ ਹਾਂ, ਤੁਸੀਂ ਸਾਹਮਣੇ ਦੇਖ ਰਹੇ ਹੋ ਡੇਰਾ ਬਾਬਾ ਨਾਨਕ ਕਰਤਾਰਪੁਰ ਕੋਰੀਡੋਰ, ਬਹੁਤ ਸ਼ਾਨਦਾਰ ਟਰਮੀਨਲ ਹੈ ਜੀ। ਅੰਦਰ ਪਤਾ ਨਹੀਂ ਚੱਲ ਰਿਹਾ ਕਿ ਨਹੀਂ ਚੱਲ ਰਿਹਾ ਨੈੱਟ, ਇਸ ਕਰਕੇ ਅਸੀਂ ਤੁਹਾਨੂੰ ਬਾਹਰੋਂ ਸਾਰਾ ਵਿਖਾ ਕੇ ਜਾ ਰਹੇ ਹਾਂ। ਅਤੇ ਬਹੁਤ ਸ਼ਾਨਦਾਰ ਅਰੇਂਜਮੈਂਟਸ ਨੇ ਇੱਥੇ, ਜਦੋਂ ਤੁਸੀਂ ਆਉਂਦੇ ਹੋ ਬਾਹਰ ਪਾਰਕਿੰਗ 'ਤੇ ਆਉਂਦੇ ਹੋ, ਤੁਹਾਡਾ ਵੈਲਕਮ ਬੜਾ ਵਧੀਆ ਕੀਤਾ ਜਾ ਰਿਹਾ, ਤੁਹਾਨੂੰ ਗ੍ਰੀਟ ਕੀਤਾ ਜਾ ਰਿਹਾ, ਸਤਿ ਸ਼੍ਰੀ ਅਕਾਲ ਬੁਲਾਈ ਜਾ ਰਹੀ ਹੈ, ਨਮਸਤੇ ਫਿਰ ਬੜੇ ਪਿਆਰ ਨਾਲ ਪੁੱਛਿਆ ਜਾ ਰਿਹਾ ਤੁਸੀਂ ਕਿੱਧਰ ਜਾ ਰਹੇ ਹੋ। ਅਤੇ ਬਹੁਤ ਵਧੀਆ ਅਰੇਂਜਮੈਂਟ ਨੇ ਹੁਣ ਤੱਕ, ਰੋਡ ਦੇ ਅਰੇਂਜਮੈਂਟ ਬਹੁਤ ਵਧੀਆ ਨੇ। ਅਤੇ ਇਹ ਆਪਾਂ ਇੱਥੋਂ ਐਂਟਰ ਕਰਾਂਗੇ ਅੰਦਰ, ਤੁਸੀਂ ਦੇਖ ਸਕਦੇ ਹੋ। ਸਰ ਕੋਈ ਪ੍ਰੋਬਲਮ ਤਾਂ ਨਹੀਂ, ਅਸੀਂ ਵੀਡੀਓ ਬਣਾ ਸਕਦੇ ਹਾਂ? ਸੋ ਇਸ ਵੇਲੇ ਸਾਡੇ ਪੇਪਰ ਜਿਹੜੇ ਆ ਜੀ ਉਹ ਚੈੱਕ ਹੋ ਰਹੇ ਨੇ, ਅਤੇ ਸਾਹਮਣੇ ਟਰਮੀਨਲ ਹੈ ਤੁਸੀਂ ਦੇਖ ਸਕਦੇ ਹੋ, ਔਰ ਸੰਗਤ ਹੌਲੀ ਹੌਲੀ ਕਰਕੇ ਜਿਹੜੀ ਹੈ ਜਾ ਰਹੀ ਹੈ। ਆਪਣੇ ਸਰ ਪੇਪਰ ਚੈੱਕ ਕਰਾਓ, ਇੱਥੋਂ ਚੈਕਿੰਗ ਹੁੰਦੀ ਜਿਹੜਾ ਪੇਪਰ ਹੈ। ਬਾਬਾ ਜੀ ਪੇਪਰ ਦਿਖਾਇਓ ਜਿਹੜਾ ਤੁਸੀਂ ਨਾਲ ਲੈ ਕੇ ਆਇਓ ਆਪਣਾ, ਹਾਂਜੀ ਇਹ ਤੁਹਾਡਾ ਪ੍ਰਿੰਟਿੰਗ ਡਾਕੂਮੈਂਟ ਹੈ ਜੀ, ਇਲੈਕਟ੍ਰੋਨਿਕ ਟਰੈਵਲ ਆਥੋਰਾਈਜੇਸ਼ਨ ETA ਹੈ ਜਿਹੜੀ ਤੁਹਾਨੂੰ ਈਮੇਲ ਆਉਂਦੀ ਹੈ, ਉਸ ਤੋਂ ਬਾਅਦ ਇਹਦਾ ਪ੍ਰਿੰਟ ਕਢਾ ਕੇ ਜਿਹੜਾ ਤੁਸੀਂ ਨਾਲ ਲੈ ਕੇ ਆਉਣਾ ਹੈ, ਖਾਸ ਇਹ ਹੈ ਪਾਸਪੋਰਟ ਔਰ ਆਧਾਰ ਕਾਰਡ ਜਿਹੜਾ ਉਹ ਨਾਲ ਲੈ ਕੇ ਆਉਣਾ, ਔਰ ਇਹ ਪ੍ਰਿੰਟ ਹੈ ਜਿਹੜਾ ਤੁਸੀਂ ਨਾਲ ਲੈ ਕੇ ਆਉਣਾ। ਅਤੇ ਇਹ ਸਾਡੇ ਨਾਲ ਜਿਹੜੇ ਬਜ਼ੁਰਗ ਜਿਹੜੇ ਪਠਾਨਕੋਟ ਤੋਂ ਆਏ, ਬਾਬਾ ਜੀ ਤੁਸੀਂ ਪਠਾਨਕੋਟ ਤੋਂ ਆਏ ਨੇ ਸਾਡੇ ਨਾਲ, ਇਸ ਤਰ੍ਹਾਂ ਜਾ ਰਹੇ ਸਾਡੀ ਟੀਮ ਦੇ ਨਾਲ। ਅਤੇ ਇਹ ਪੇਪਰ ਹੈ ਜਿਹੜਾ ਇੱਕ ਤੁਹਾਨੂੰ ਇੱਥੇ ਦਿਖਾਉਣਾ ਪੈਂਦਾ ਹੈ, ਸਾਹਮਣੇ ਤੁਸੀਂ ਦੇਖ ਸਕਦੇ ਹੋ ਐਂਟਰੀ ਜਿਹੜੀ ਹੈ, ਐਂਟਰੀ ਜਿਹੜੀ ਹੈ ਤੋਂ ਆਪਾਂ ਕਰ ਰਹੇ ਹਾਂ। ਅੰਦਰ ਖਾਣੇ ਸੋ ਇਹ ਦਿਖਾਓ ਪੇਪਰ, ਸੋ ਇੱਥੇ ਇਸ ਤਰ੍ਹਾਂ ਪੇਪਰ ਚੈੱਕ ਹੁੰਦੇ ਨੇ ਜੀ, ਟਰਮੀਨਲ 'ਤੇ ਖੜ੍ਹੇ ਹਾਂ ਇਸ ਵੇਲੇ।
ਤਾਂ ਸੰਗਤ ਦੇ ਸੰਗਤ ਦਾ ਇੱਕ ਇੱਕ ਕਰਕੇ ਇੱਥੇ ਡਾਕੂਮੈਂਟ ਦੇਖੋ ਇਸ ਤਰ੍ਹਾਂ ਚੈੱਕ ਹੋ ਰਿਹਾ ਔਰ ਨਾਲ ਜਿਹੜਾ ਪਾਸਪੋਰਟ ਚੈੱਕ ਹੁੰਦਾ ਸਾਰਾ ਪ੍ਰੋਸੀਜਰ ਤੁਹਾਨੂੰ ਦਿਖਾ ਰਿਹਾ ਹਾਂਜੀ ਪੰਜੀਤ ਸਿੰਘ ਥੈਂਕ ਯੂ ਸੋ ਇਸ ਤਰ੍ਹਾਂ ਜੀ ਇਹ ਸਾਡਾ ਡਾਕੂਮੈਂਟ ਜਿਹੜਾ ਚੈੱਕ ਹੋ ਗਿਆ ਔਰ ਅਸੀਂ ਹੁਣ ਅੰਦਰ ਐਂਟਰ ਕਰ ਰਹੇ ਹਾਂ ਸੋ ਆ ਤੁਸੀਂ ਦੇਖ ਸਕਦੇ ਹੋ ਕਿ ਅੰਦਰ ਆਪਾਂ ਵਾਜੂਆ ਸੋ ਇਹ ਅੰਦਰ ਟਰਮੀਨਲ 'ਤੇ ਅਸੀਂ ਆ ਗਏ ਹਾਂ ਸੋ ਇਹ ਟਰਮੀਨਲ ਤੁਸੀਂ ਦੇਖ ਸਕਦੇ ਹੋ ਕਿਆ ਸ਼ਾਨਦਾਰ ਅੰਦਰ ਜੀ ਬਣਾਇਆ ਹੈ ਬਹੁਤ ਸ਼ਾਨਦਾਰ ਜੀ ਕਿਸੇ ਏਅਰਪੋਰਟ ਤੋਂ ਅੰਮ੍ਰਿਤਸਰ ਦੇ ਏਅਰਪੋਰਟ ਤੋਂ ਕਿਸੇ ਵੀ ਏਅਰਪੋਰਟ ਤੋਂ ਘੱਟ ਨਹੀਂ ਅਤੇ ਇੱਦਾਂ ਅੰਦਰ ਪਹੁੰਚ ਜਾਏ ਸਾਡੇ ਕੋਲ ਸਾਹਮਣੇ ਜਿਹੜਾ ਹੈਲਪਲਾਈਨ 'ਤੇ ਬੈਠੇ ਨੇ ਅਗਰ ਕੋਈ ਪ੍ਰੋਬਲਮ ਹੈ ਦੇਖੋ ਤੁਹਾਨੂੰ ਦੱਸ ਰਹੇ ਨੇ ਕਿੱਧਰ ਦੀ ਗਾਈਡ ਕਰ ਰਹੇ ਨੇ ਪੂਰਾ ਅਤੇ ਅੱਗੇ ਅਸੀਂ ਇਸ ਤਰ੍ਹਾਂ ਇੱਕ ਵਾਰ ਤੁਹਾਨੂੰ ਦਿਖਾ ਦਈਏ ਕਿ ਟਰਮੀਨਲ ਦੀ ਪੂਰੀ ਜਿਹੜੀ ਹੈ ਗੁਰੂ ਨਾਨਕ ਸਾਹਿਬ ਦੀਆਂ ਤਸਵੀਰਾਂ ਉਹਨਾਂ ਦੇ ਮੈਸੇਜ ਪੂਰੇ ਇੱਥੇ ਅੰਦਰ ਜਗ੍ਹਾ ਜਗ੍ਹਾ 'ਤੇ ਗੁਰੂ ਨਾਨਕ ਸਾਹਿਬ ਦੀਆਂ ਤਸਵੀਰਾਂ ਔਰ ਮੈਸੇਜ ਉਹਨਾਂ ਦਾ ਜਿਹੜਾ ਹੈ ਔਰ ਇਸ ਤਰ੍ਹਾਂ ਇੱਥੋਂ ਚੈਕਿੰਗ ਹੋ ਕੇ ਅੱਗੇ ਆਪਾਂ ਜਾ ਰਹੇ ਹਾਂ ਜਿਹੜਾ ਤੁਸੀਂ ਸਮਾਨ ਹੈ ਤੁਹਾਡੇ ਕੋਲ ਹਾਂ ਮਸ਼ੀਨ 'ਤੇ ਚੈੱਕ ਹੋਊਗਾ ਮਸ਼ੀਨ 'ਤੇ ਚੈੱਕ ਹੋਣ ਤੋਂ ਬਾਅਦ ਇਸ ਤਰ੍ਹਾਂ ਅੱਗੇ ਜਿਹੜੀ ਹੈ ਜਿਸ ਤਰ੍ਹਾਂ ਦੀ ਆਮ ਕਿਸੇ ਵੀ ਏਅਰਪੋਰਟ ਦੇ ਉੱਪਰ ਚੈਕਿੰਗ ਹੁੰਦੀ ਹੈ ਅਤੇ ਉਹ ਚੈਕਿੰਗ ਹੋਣ ਤੋਂ ਬਾਅਦ ਤੁਸੀਂ ਅੱਗੇ ਜਾ ਸਕਦੇ ਹੋ ਤੁਸੀਂ ਦੇਖਿਆ ਜਿਹੜੀ ਸੰਗਤ ਆਈ ਹੈ ਕੁਛ ਅੱਗੇ ਜਾ ਰਹੀ ਹੈ ਅਤੇ ਇੱਧਰ ਲੇਡੀਜ਼ ਸਾਈਡ ਹੈ ਇੱਧਰ ਜੈਂਟਸ ਸਾਈਡ ਹੈ ਬਹੁਤ ਸ਼ਾਨਦਾਰ ਟਰਮੀਨਲ ਹੈ ਜੀ ਅਸੀਂ ਬਾਹਰੋਂ ਐਂਟਰ ਕੀਤਾ ਸੀ ਤਾਂ ਵੀ ਤੁਹਾਨੂੰ ਦਿਖਾਇਆ ਸੀ ਅਤੇ ਅੰਦਰ ਆਉਂਦੀਆਂ ਇੱਕ ਹੈਲਪਲਾਈਨ ਹੈ ਔਰ ਅੰਦਰ ਜਿਹੜੀਆਂ ਤਸਵੀਰਾਂ ਨੇ ਵਾਕਈ ਮੰਤਰਮੁਗਧ ਕਰਨ ਵਾਲੀਆਂ ਨੇ ਬਾਬਾ ਬੰਦਾ ਸਿੰਘ ਬਹਾਦਰ ਦਾ ਜਿਹੜਾ ਅੰਦਰ ਆਈਡੀਅਲ ਹੈ ਉਹ ਲੱਗਾ ਜੀ ਅਤੇ ਸਾਹਮਣੇ ਗੁਰੂ ਨਾਨਕ ਸਾਹਿਬ ਦੀਆਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਸਾਰੇ ਪਾਸੇ ਬਾਬਾ ਨਾਨਕ ਹੀ ਨਾਨਕ ਛਾਇਆ ਪਾਸਪੋਰਟ 'ਤੇ ਕੋਈ ਸਟੈਂਪ ਨਹੀਂ ਲੱਗਦੀ ਆ ਦੇਖੋ ਸਾਹਮਣੇ ਸਾਡੇ ਆ ਸਿਰਫ ਤੁਹਾਡਾ ਪਾਸਪੋਰਟ ਚੈੱਕ ਜ਼ਰੂਰ ਕੀਤਾ ਜਾਂਦਾ ਪਾਸਪੋਰਟ 'ਤੇ ਲੇਕਿਨ ਸਟੈਂਪ ਕੋਈ ਨਹੀਂ ਲੱਗਦੀ ਬਹੁਤ ਸਾਰਿਆਂ ਦੇ ਸਵਾਲ ਇਹਦੇ ਸੀ ਪਾਸਪੋਰਟ 'ਤੇ ਖੈਰ ਸਟੈਂਪ ਲੱਗਦੀ ਹੈ ਅਤੇ ਅਸੀਂ ਹੁਣ ਅੰਦਰ ਐਂਟਰ ਕਰਾਂਗੇ ਜੀ ਤੁਹਾਡੀ ਚੈਕਿੰਗ ਹੋ ਕੇ ਤੁਸੀਂ ਅੱਗੇ ਵਧਦੇ ਹੋ ਅਤੇ ਅੱਗੇ ਦੇ ਨਜ਼ਾਰੇ ਵੀ ਤੁਹਾਨੂੰ ਦਿਖਾਉਂਦੇ ਹਾਂ ਹਰ ਜਗ੍ਹਾ ਵੇਟਿੰਗ ਲਈ ਪਬਲਿਕ 'ਤੇ ਬਹੁਤ ਸਾਰੀਆਂ ਅੰਦਰ ਦੇਖੋ ਕੁਰਸੀਆਂ ਨੇ ਅਤੇ ਉਹੀ ਜਗ੍ਹਾ ਜਿੱਥੇ ਉਦਣ ਆਪਣੇ ਪ੍ਰਧਾਨ ਮੰਤਰੀ ਜਿਹੜੇ ਮੋਦੀ ਸਨ ਨਰਿੰਦਰ ਮੋਦੀ ਉਹਨਾਂ ਨੇ ਉਦਘਾਟਨ ਕੀਤਾ ਸੀ ਇਹੀ ਉਹ ਸਾਰੀ ਜਗ੍ਹਾ ਜਿੱਥੋਂ ਸਾਰੇ VIPs ਜਿਹੜੇ ਗਏ ਨੇ ਜਦੋਂ ਤੁਸੀਂ ਵੀ ਆਓਗੇ ਹਰ ਕਿਸੇ ਨੂੰ ਆਹ ਤੁਸੀਂ ਦੇਖ ਰਹੇ ਹੋ ਸਾਹਮਣੇ ਤੁਹਾਡੇ ਸਮਾਨ ਦੀ ਅਤੇ ਬੈਲਟ ਸਾਨੂੰ ਚੈਕਿੰਗ ਹੋ ਜਾਏਗੀ ਤੁਹਾਡੀ ਪਰਸਨਲ ਅੱਗੇ ਚੈਕਿੰਗ ਹੋ ਜਾਏਗੀ ਅਤੇ ਉਸ ਤੋਂ ਬਾਅਦ ਤੁਸੀਂ ਇੱਥੇ ਅੰਦਰ ਆ ਜਾਓਗੇ ਅਤੇ ਅੱਗੇ ਫਿਰ ਇਸ ਤੋਂ ਅੱਗੇ ਜਿਹੜਾ ਤੁਸੀਂ ਆਪਣਾ ਰਵਾਨਗੀ ਪਾਣੀ ਇੱਕ ਇੱਕ ਕਰਕੇ ਤੁਹਾਨੂੰ ਸਾਰਾ ਪ੍ਰੋਸੀਜਰ ਦੱਸ ਰਹੇ ਹਾਂ ਅਤੇ ਆਹ ਵੇਟਿੰਗ ਹਾਲ ਹੈ ਤੁਸੀਂ ਦੇਖ ਸਕਦੇ ਹੋ ਗੁਰੂ ਨਾਨਕ ਸਾਹਿਬ ਦੀਆਂ ਜਿਹੜੀਆਂ ਮੈਸੇਜ ਨੇ ਨਾਲ ਪਹਿਲੀ ਉਦਾਸੀ ਜਿਹੜੀ ਹੈ 1500 ਤੋਂ 1506 ਤੱਕ ਇਹ ਪਹਿਲੀ ਉਦਾਸੀ ਬਾਰੇ ਇੱਥੇ ਦੱਸਿਆ ਗਿਆ ਇੱਕ ਪਾਸੇ ਭਾਈ ਮਰਦਾਨਾ ਅਤੇ ਇੱਕ ਪਾਸੇ
ਭਾਈ ਬਾਲਾ, ਫਿਰ ਭਾਈ ਲਾਲੋ ਜੀ ਦੀ ਸਾਥੀ ਹੈ ਜਿਹੜੀ ਉਹ ਸਾਹਮਣੇ ਰੱਖੀ ਗਈ ਹੈ। ਅਤੇ ਬਾਡੀ ਗੱਲ ਤੁਹਾਨੂੰ ਦੱਸਦਿਆਂ ਵੀ ਇੱਥੇ ਬਾਕੀ ਏਅਰਪੋਰਟਸ 'ਤੇ ਜਾ ਕੇ ਜਿਸ ਤਰ੍ਹਾਂ ਬਹੁਤ ਜ਼ਿਆਦਾ ਸਖਤੀ ਜਿਹੜੀ ਹੈ ਵਿਖਾਈ ਜਾਂਦੀ ਹੈ, ਵੀਡੀਓਜ਼ ਨਹੀਂ ਬਣਾ ਦਿੱਤੀਆਂ ਜਾਂਦੀਆਂ, ਲੇਕਿਨ ਇੱਥੇ ਦੇਖੋ ਤੁਸੀਂ ਇਹ ਸਾਹਮਣੇ ਸਾਰੇ ਕਾਊਂਟਰ ਨੇ, ਇਹਨਾਂ ਕਾਊਂਟਰਾਂ 'ਤੇ ਜਾ ਕੇ ਤੁਸੀਂ ਕਿਸੇ ਵੀ ਇੱਕ ਕਾਊਂਟਰ 'ਤੇ ਜਾ ਕੇ ਅਤੇ ਆਪਣੇ ਅੱਗੇ ਪੇਪਰ ਚੈੱਕ ਕਰਾਓਗੇ ਜਿਵੇਂ ਤੁਸੀਂ ਦੇਖ ਰਹੇ ਹੋ, ਕਿਉਂਕਿ ਨਾਲ ਨਾਲ ਕੰਮ ਵੀ ਚੱਲ ਰਿਹਾ ਬਹੁਤ, ਇਸ ਕਰਕੇ ਇਹ ਜਗ੍ਹਾ ਜਗ੍ਹਾ 'ਤੇ ਬੈਰੀਕੇਸ਼ਨਸ ਲੱਗੀਆਂ ਨੇ। ਔਰ ਤੁਸੀਂ ਦੇਖੋ ਕਿਆ ਸ਼ਾਨਦਾਰ ਜਿਹੜਾ ਟਰਮੀਨਲ ਹੈ ਬਣਾਇਆ ਗਿਆ ਹੈ। ਔਰ ਤੁਹਾਨੂੰ ਗਾਈਡ ਨੇ ਇੱਥੇ ਬੜੇ ਵਧੀਆ ਹਰ ਜਗ੍ਹਾ ਗਾਈਡ ਕਰਨ ਲਈ ਤੁਹਾਨੂੰ ਖਲੋਤੇ ਨੇ ਇੱਥੇ। ਮੇਰਾ ਖਿਆਲ ਹੈ ਬਾਬਾ ਜੀ ਅਗਰ ਕੋਈ ਇਕੱਲਾ ਵੀ ਆਵੇ ਇੱਥੇ ਤਾਂ ਵੀ ਕੋਈ ਉਹਨੂੰ ਪਰੇਸ਼ਾਨੀ ਨਹੀਂ ਹੈ ਨਾ, ਕਿਉਂਕਿ ਗਾਈਡ ਅੰਦਰ ਗਾਈਡ ਕਰ ਬਹੁਤ ਵਧੀਆ ਕਰ ਰਹੇ ਨੇ ਹਰ ਜਗ੍ਹਾ ਬਹੁਤ ਬਹੁਤ ਜ਼ਬਰਦਸਤ। ਅੰਦਰ ਆਉਂਦੇ ਹੀ ਉਹਨਾਂ ਨੇ ਤੁਹਾਨੂੰ ਦੱਸਿਆ ਕਿ ਕੋਈ ਹਾਂ ਕਿੱਧਰ ਜਾਣਾ ਕਿੱਧਰੋਂ ਆਉਣਾ ਕੀ ਹੈ, ਬੜਾ ਕੋਈ ਮੁਸ਼ਕਲ ਨਹੀਂ, ਕੋਈ ਮੁਸ਼ਕਲ ਨਹੀਂ, ਅੰਦਰ ਬਹੁਤ ਵਧੀਆ, ਬਹੁਤ ਬਹੁਤ ਵਧੀਆ, ਬਹੁਤ ਵਧੀਆ, ਬਾਹਰ ਪਾਰਕਿੰਗ ਦੀ ਵੈਲਕਮ ਬਹੁਤ ਜ਼ਬਰਦਸਤ, ਬਹੁਤ ਜ਼ਬਰਦਸਤ, ਹਾਂ ਕੋਈ ਮੁਸ਼ਕਲ ਨਹੀਂ। ਸੋ ਬਹੁਤ ਸ਼ਾਨਦਾਰ ਅਰੇਂਜਮੈਂਟ ਹੈ ਜੀ, ਕਹਿ ਲਓ ਜਿੰਨਾ ਦੇਖੀਏ ਉਨਾ ਘੱਟ ਹੈ। ਅਤੇ ਗੁਰੂ ਨਾਨਕ ਸਾਹਿਬ ਨੂੰ ਜਾਣ ਲੱਗਿਆਂ ਧਰਤੀ 'ਤੇ ਜਾਣ ਲੱਗਿਆਂ ਇੱਕ ਆਪਣੇ ਆਪ 'ਚ ਇੱਕ ਅਲੌਕਿਕ, ਅੱਜ ਤੁਹਾਨੂੰ ਅੱਗੇ ਦਿਖਾਉਂਦੇ ਹਾਂ ਹੁਣ ਕਿ ਅੱਗੇ ਕਿਸ ਤਰ੍ਹਾਂ ਤੁਹਾਡਾ ਇਮੀਗ੍ਰੇਸ਼ਨ ਹੋਣੀ ਹੈ। ਸੋ ਇਹ ਸਾਹਮਣੇ ਜਿਹੜਾ ਤੁਸੀਂ ਦੇਖ ਰਹੇ ਹੋ ਇਮੀਗ੍ਰੇਸ਼ਨ ਜਿਹੜੇ ਬਣੇ ਹੋਏ ਨੇ, ਕਾਊਂਟਰ ਨੇ ਅਲੱਗ ਅਲੱਗ। ਸੋ ਇੱਥੇ ਇਮੀਗ੍ਰੇਸ਼ਨ 'ਤੇ ਅਸੀਂ ਵੀਡੀਓ ਨਹੀਂ ਬਣਾ ਸਕਦੇ, ਇਸ ਤੋਂ ਪਿੱਛੇ ਪਿੱਛੇ ਆਪਾਂ ਵੀਡੀਓ ਬਣਾ ਸਕਦੇ ਹਾਂ। ਸੋ ਇੱਥੇ ਅਸੀਂ ਬੰਦ ਕਰਾਂਗੇ, ਸਾਹਮਣੇ ਸਿਰਫ ਇਮੀਗ੍ਰੇਸ਼ਨ ਤੁਹਾਨੂੰ ਦਿਖਾ ਦਿੰਦੇ ਹਾਂ, ਇੱਥੋਂ ਤੁਸੀਂ ਆਪਣਾ ਪੇਪਰ ਹੋਰ ਦਿਖਾਓਗੇ। ਠੀਕ ਹੈ ਸਰ, ਠੀਕ ਹੈ। ਸੋ ਇੱਥੋਂ ਇਮੀਗ੍ਰੇਸ਼ਨ ਦਾ ਅਸੀਂ ਨਹੀਂ ਲੈ ਸਕਦੇ ਕਿਉਂਕਿ ਉਹਨਾਂ ਸਾਨੂੰ ਦੱਸ ਦਿੱਤਾ, ਅਸੀਂ ਇੱਥੋਂ ਉੱਪਰ ਉੱਪਰ ਦਾ ਸਾਰਾ ਜਿਹੜਾ ਉਹ ਲੈ ਸਕਦੇ ਹਾਂ ਵੀਡੀਓਜ਼, ਕਿਉਂਕਿ ਇਮੀਗ੍ਰੇਸ਼ਨ ਇੱਕ ਹਾਈਲੀ ਜਿਹੜਾ ਹੈ। ਅਤੇ ਕੋਸ਼ਿਸ਼ ਕਰਾਂਗੇ ਤੁਹਾਨੂੰ ਡੇਰਾ ਬਾਬਾ ਨਾਨਕ ਜਾ ਕੇ ਵੀ ਦਰਸ਼ਨ ਕਰਾਈਏ। ਅਤੇ ਬਹੁਤ ਖੁੱਲ੍ਹਾ ਡੁੱਲਾ, ਬਹੁਤ ਖੁੱਲ੍ਹਾ ਡੁੱਲਾ, ਅਗਰ 5,000 ਬੰਦਾ ਵੀ ਇਕੱਠਾ ਆ ਜਾਏ ਇੱਥੇ ਤਾਂ ਇੰਨਾ ਖੁੱਲ੍ਹਾ ਵੀ ਇੱਥੇ ਆਰਾਮ ਨਾਲ ਜਿਹੜਾ ਤੁਹਾਨੂੰ ਕਵਰ ਕੀਤਾ ਜਾ ਸਕਦਾ। ਤੁਸੀਂ ਦੇਖੋ ਸਾਰੇ ਪਾਸੇ, ਔਰ ਬੜੇ ਪਿਆਰ ਨਾਲ ਇਮੀਗ੍ਰੇਸ਼ਨ ਆਫਿਸਰ ਆਏ ਨੇ, ਉਹਨਾਂ ਨੇ ਦੱਸਿਆ ਕਿ ਇੱਥੇ ਤੁਸੀਂ ਕਵਰ ਨਾ ਕਰੋ, ਬਾਕੀ ਜਿੱਦਾਂ ਏਅਰਪੋਰਟ 'ਤੇ ਹੁੰਦਾ। ਮੰਜੂ ਮੱਤਾ ਜੀ ਪਾਸਪੋਰਟ 'ਤੇ ਸਟੈਂਪ ਨਹੀਂ ਲੱਗਦੀ, ਅਸੀਂ ਤੁਹਾਨੂੰ ਹੁਣੇ ਦਿਖਾ ਦਿਆਂਗੇ ਕਿ ਇੱਥੋਂ ਅਸੀਂ ਅਜੇ ਕ੍ਰੋਸ ਕਰਨਾ। ਪਾਸਪੋਰਟ ਤੋਂ ਬਿਨਾਂ ਸਿਮਰਨ ਵਰਮਾ ਜੀ ਪੋਸੀਬਲ ਨਹੀਂ ਹੈ, ਪਾਸਪੋਰਟ ਜ਼ਰੂਰ ਚਾਹੀਦਾ। ਜਦੋਂ ਤੁਸੀਂ ਔਨਲਾਈਨ ਅਪਲਾਈ ਕਰਨਾ, ਸਭ ਤੋਂ ਪਹਿਲੀ ਕੰਡੀਸ਼ਨ ਹੀ ਜਿਹੜੀ ਹੈ ਉਹ ਪਾਸਪੋਰਟ ਦੀ ਹੈ, ਪਾਸਪੋਰਟ 'ਤੇ ਲੇਕਿਨ ਸਟੈਂਪ ਨਹੀਂ ਲੱਗਦੀ। ਤੁਹਾਨੂੰ ਪਾਸਪੋਰਟ ਨੰਬਰ ਜ਼ਰੂਰ ਦੇਣਾ ਪੈਂਦਾ, ਆਪਣਾ ਆਧਾਰ ਕਾਰਡ ਤੁਹਾਡੇ ਕੋਲ ਹੋਣਾ ਚਾਹੀਦਾ। ਇੱਥੋਂ ਸਾਹਮਣੇ ਜਿਹੜਾ ਇਮੀਗ੍ਰੇਸ਼ਨ ਤੋਂ ਆਪਾਂ ਚੈੱਕ ਕਰਵਾ ਕੇ ਹੁਣ ਜਾਵਾਂਗੇ, ਅਤੇ ਇਹ ਸਾਰੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਸ ਵੇਲੇ ਸ਼੍ਰੀ ਕਰਤਾਰਪੁਰ ਕੋਰੀਡੋਰ ਟਰਮੀਨਲ ਤੋਂ ਜਿਹੜਾ ਇੰਡੀਆ ਸਾਈਡ ਹੈ। ਹੋਰ ਵੀ ਅਗਰ ਕਿਸੇ ਦਾ ਕੋਈ ਸਵਾਲ ਹੋਏ ਸਾਨੂੰ ਇਨਬੋਕਸ ਕਰ ਦਿਓ, ਅਗਰ ਕਿਸੇ ਨੂੰ ਨਹੀਂ ਦੱਸਿਆ ਜਾ ਸਕਦਾ ਹੋਇਆ ਮੇਰਾ ਖਿਆਲ ਹੈ, ਲੇਕਿਨ ਪਾਸਪੋਰਟ ਬਹੁਤ ਜ਼ਰੂਰੀ ਹੈ ਜੀ। ਅਤੇ ਸਤਿੰਦਰ ਊਜਾ ਜੀ, ਦੇਰ ਆਰ ਪੀਪਲ, ਅਸੀਂ ਸਮਝਦੇ ਹਾਂ ਜੀ ਅਗਰ 1500 ਰੁਪਈਆ ਕੋਈ ਨਹੀਂ ਦੇ ਸਕਦਾ ਮੇਰਾ ਖਿਆਲ ਉਹ ਕਿਤੇ ਵੀ ਨਹੀਂ ਜਾ ਸਕਦੇ, ਨਾ ਅਨੰਦਪੁਰ ਸਾਹਿਬ ਜਾ ਸਕਦੇ ਆ, ਨਾ ਹਜ਼ੂਰ ਸਾਹਿਬ ਜਾ ਸਕਦੇ, ਨਾ ਪਟਨਾ ਸਾਹਿਬ ਜਾ ਸਕਦੇ ਆ, ਇਹਨਾਂ ਦੇ ਮਿਨੀਮਮ ਹੈ ਸਰ ਘੱਟੋ ਘੱਟ। ਅਤੇ ਅਸੀਂ ਇੱਥੋਂ ਕਿਉਂਕਿ ਅੱਗੇ ਵੀਡੀਓ ਨਹੀਂ ਬਣਾ ਸਕਦੇ, ਅਤੇ ਅੱਗੇ ਵੀਡੀਓ ਬਣਾਉਣ ਲਈ ਅਸੀਂ ਫਿਰ ਤੁਹਾਨੂੰ ਪਾਕਿਸਤਾਨ ਜਾ ਕੇ ਜਿਹੜਾ ਕੋਸ਼ਿਸ਼ ਕਰਾਂਗੇ, ਉੱਥੇ ਅਗਰ ਨੈੱਟ ਚੱਲਦਾ ਹੋਇਆ ਤੁਹਾਡੇ ਨਾਲ ਲਾਈਵ ਹੋਵਾਂਗੇ। ਲੇਕਿਨ ਆਹ ਦੇਖੋ ਤੁਸੀਂ ਸੰਗਤ ਆ ਰਹੀ ਹੈ, ਇੱਥੇ ਪੁੱਛਦੇ ਆ, ਉਹ ਤੁਹਾਨੂੰ ਗਾਈਡ ਕਰਦੇ ਅੱਗੇ। ਹਾਂਜੀ ਬਾਬਾ ਜੀ, ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿੱਥੋਂ ਆਏ ਹੋ ਸਰ ਆਪ? ਅਸੀਂ ਜੀ, ਸਾਡਾ ਪਿੰਡ ਕਲੇਰ ਆ ਬਟਾਲੇ ਦੇ ਪਾਸ ਜੀ। ਅੱਛਾ, ਹਾਂਜੀ। ਅਤੇ ਪਹਿਲੀ ਵਾਰ ਜਾ ਰਹੇ ਹੋ? ਪਹਿਲੀ ਵਾਰ ਜਾ ਰਹੇ ਜੀ। ਕੋਈ ਮੁਸ਼ਕਲ ਆਈ ਤੁਹਾਨੂੰ? ਨਹੀਂ ਜੀ, ਕੋਈ ਮੁਸ਼ਕਲ ਨਹੀਂ ਆਈ, ਬੜੀ ਇੱਜ਼ਤ ਮਾਣ ਕੀਤਾ ਸਭ ਨੇ, ਬਹੁਤ ਪਿਆਰ ਲੱਗਿਆ। ਅਪਲਾਈ ਕਰਨ ਲੱਗਿਆ ਤੁਹਾਨੂੰ ਕੋਈ ਮੁਸ਼ਕਲ? ਨਹੀਂ ਕੋਈ ਮੁਸ਼ਕਲ ਨਹੀਂ ਆਈ, ਕੋਈ ਮੁਸ਼ਕਲ ਨਹੀਂ। ਕੋਈ ਬਾਹਰ ਬਹੁਤ ਵਧੀਆ, ਬਹੁਤ ਵਧੀਆ ਕੰਮ ਕਰਦੇ? ਹਾਂਜੀ ਬਿਲਕੁਲ ਜੀ, ਹਾਂਜੀ ਦੱਸਣ ਲਈ ਬਿਲਕੁਲ ਜੀ। ਤੁਹਾਨੂੰ ਕੀ ਲੱਗਦਾ $20 ਕੋਈ ਚੀਜ਼ ਹੈ, ਕੋਈ ਮਹਿੰਗਾ ਲੱਗਦਾ ਕੋਈ? ਨਹੀਂ ਕੋਈ ਮਹਿੰਗਾ ਨਹੀਂ, $20 ਕੋਈ ਚੀਜ਼ ਮਹਿੰਗਾ? ਸਿਰਫ ਇੱਕ ਪਾਸਪੋਰਟ ਦੀ ਅਗਰ ਕੰਡੀਸ਼ਨ ਹਟ ਜਾਵੇ। ਹਾਂਜੀ, ਮੇਰੇ ਕੋਲ ਬਹੁਤ ਸਾਰੀ ਸੰਗਤ ਜਿਹੜੀ ਹੈ ਜਾਣ ਨੂੰ ਤਿਆਰ ਹੈ, ਅਗਰ ਪਾਸਪੋਰਟ ਦੀ ਕੰਡੀਸ਼ਨ ਹਟ ਜਾਵੇ। ਹਾਂਜੀ, ਇਹ ਥੋੜ੍ਹੀ ਜਿਹੀ ਦਿੱਕਤ ਆ, ਔਰ ਸਾਡੇ ਮਾਂ ਬਾਪ ਵੀ ਆਉਣਾ ਚਾਹੁੰਦੇ, ਉਹਨੇ ਪਾਸਪੋਰਟ ਨਹੀਂ ਬਣਿਆ, ਮੇਰੀ ਵਾਈਫ ਦਾ ਨਹੀਂ ਬਣਿਆ, ਇਸ ਕਰਕੇ ਉਹ ਆ ਨਹੀਂ ਸਕੇ। ਅੱਛਾ, ਹਾਂਜੀ। ਪਹਿਲੀ ਵਾਰ ਜਾ ਰਹੇ ਪਾਕਿਸਤਾਨ? ਪਹਿਲੀ ਵਾਰ ਜਾ ਰਹੇ ਜੀ। ਬਾਬੇ ਨਾਨੀ ਧਰਤੀ ਦਰਸ਼ਨ ਕਰਨ ਜਾ ਰਹੇ? ਹਾਂਜੀ ਹਾਂਜੀ। ਅੱਛਾ। ਸੋ ਇਸ ਤਰ੍ਹਾਂ ਸੰਗਤ ਜਿਹੜੀ ਹੈ ਜੀ ਆ ਰਹੀ ਹੈ, ਅਤੇ ਕੋਈ ਵੀ ਕਿਸੇ ਨੂੰ ਮਹਿੰਗਾ ਨਹੀਂ ਲੱਗਦਾ। ਕਿਸਨੇ ਨਾਲ ਅਸੀਂ ਤੁਹਾਡੀ ਗੱਲ ਕਰਾਈ ਹੈ, ਅਤੇ ਸਿਰਫ ਇੱਕ ਪਾਸਪੋਰਟ ਦੀ ਅਗਰ ਕੰਡੀਸ਼ਨ
हाँ जी बिल्कुल जितेंद्र जी, इमीग्रेशन तो बाद अभी कोशिश करांगे। जसमीत कौर जी डॉक्यूमेंट सिर्फ डॉक्यूमेंट जड़े ने सिर्फ जड़े चाहिए ने, तुम ऑनलाइन अप्लाई करना। पासपोर्ट थोड़ा तो आधार कार्ड थोड़ा सिर्फ चाहिए जी, पासपोर्ट तो आधार कार्ड चाहिए। टाइमिंग जड़िया ने सर सवेरे सूरज चढ़न तो वेले पहला बंदा जा सकता है, सूरज चढ़न तो पहला सूरज डुबन तो पहला पहला तुम वापस आना। सो आलमोस्ट 7-8 घंटे का टाइम है। ये सब तो वड्डी फैसिलिटी ये यात्रा की जी है कि ये लुधियाना जलंधर अंबाला पठानकोट तो लोग सवेरे आ के और वापस जा रहे हैं। तुसी जलंधर तो चलो तो 1.5 घंटे जो तुम जलंधर तो चलो 1.5 घंटे, तुम अमृतसर लुधियाने चलो 2.5 घंटे ज अमृतसर, चंडीगढ़ तो चलो सवेरे 4 घंटे तुम अमृतसर। इतने अपनी चैकिंग कराओ, तो चैकिंग का सारा प्रोसीजर दसिया कि सिर्फ 10 मिनट लग रहे हैं। उस तो बाद सिर्फ 10 मिनट लगन तो बाद सीधा एंटर कर सकते हो तो अंदर जा सकते हो। तो साढ़े बने रहो, सेम डे नहीं मिलती परमिशन संदीप तहांग जी, जो तुम ऑनलाइन अप्लाई करोगे तो उस तो बाद लोकल पुलिस वेरीफिकेशन होंगी है। लोकल पुलिस वेरीफिकेशन होने तो बाद 4 दिन पहला तो ईमेल आती है कि तुम जा सकते हो। सो इस तरह तुम साढ़े बने रहो, वैबसाइट ऑनलाइन अप्लाई करो जी। हाँ जी 550prakashpurb.government.in जड़ी है साइट है सर, तो उत जाके तुसी जड़ा अप्लाई कर सकते हो। तो बने रहो साढ़े, इस तो अगे भी तो असी लाइव होने की कोशिश करांगे। थैंक यू।